ਮਿੰਟੂ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਕੁਝ ਵਿਦਿਆਰਥੀ ਜਿਹੜੇ ਕੈਨੇਡਾ ਪਹੁੰਚਣ ਦੀ ਤਿਆਰੀ ਕਰ ਰਹੇ ਸੀ ਉਹਨਾਂ ਨੂੰ ਵੱਡਾ ਝਟਕਾ ਲੱਗਾ। ਕੀ ਵੇਰਵਾ ਜੀ? देखो इधर मीडिया च बहुत चर्चा है इस खबर की, बाकी तुसी दस देना कि किस तरह की सूरत हाल है। जिहड़ी खबर आ रही है कि ओंटारियो दे एक कॉलेज ने यकदम मतलब कि जदों तैयारी सारी वट लई सी जो अगस्त सितंबर का इंटेक होता है कि इहदे विच जिहड़े बच्चे जा रहे सन तो ऐन मौके पर दसदे है कि उन्हां नूं रोक दिता गया कि तुसी हुण जनवरी 1 दे विच आए। तो इतों बाद इत्थे तां पूरी तरथली मची होई। अज मैं देख रहा सीगा ਕਿ ਤੁਹਾਨੂੰ ਪਤਾ ਸਾਡਾ ਇੱਥੋਂ ਦਾ ਜਿਹੜਾ ਆਹ ਹੈਗਾ ਨਾ ਵੈਬ ਮੀਡੀਆ ਖਾਸ ਤੌਰ 'ਤੇ ਕੈਨੇਡਾ ਨੇ ਹੱਥ ਖੜੇ ਕਰ ਦਿੱਤੇ ਉਹ ਕਰ ਦਿੱਤਾ ਪਰ ਜਿੰਨਾ ਕੁ ਮੈਂ ਸਮਝ ਸਕਿਆ ਇਸ ਸਾਰੇ ਘਟਨਾਕ੍ਰਮ ਨੂੰ ਤਾਂ ਉਹ ਓਂਟਾਰੀਓ ਦਾ ਸ਼ਾਇਦ ਨਾਰਦਰਨ ਕਾਲਜ ਹੈ ਜਿਸਨੇ ਯਕਦਮ ਇਹ ਕਦਮ ਚੁੱਕਿਆ ਹੈ। ਇਹ ਨਹੀਂ ਹੈ ਕਿ ਸਮੁੱਚੇ ਕੈਨੇਡਾ 'ਚੋਂ ਕੋਈ ਇਸ ਤਰ੍ਹਾਂ ਦੀ ਖਬਰ ਆਈ ਹੈ, ਪਰ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਉਹਦੀ ਪੇਸ਼ਕਾਰੀ ਇੱਕ ਵੱਖਰੇ ਢੰਗ ਨਾਲ ਕਰ ਦਿੱਤੀ ਜਾਂਦੀ ਹੈ ਜਿਹਦੇ ਨਾਲ ਜਨਤਾ ਥੋੜ੍ਹੀ ਘਬਰਾ ਜਾਂਦੀ ਹੈ। ਹੁਣ ਇਹਦੇ 'ਚ ਕੀ ਸਮੱਸਿਆ ਆਈ ਆ ਕੀ ਨਹੀਂ ਆਈ ਉਹ ਤੇ ਇਸ ਐਂਡ ਤੋਂ ਕਲੀਅਰ ਹੋ ਸਕਦਾ ਕਿ ਗੱਲਬਾਤ ਹੈ, ਪਰ ਇੱਥੇ ਸਮੱਸਿਆ ਇਹ ਹੈ ਕਿ ਜਿਹੜੇ ਸਟੂਡੈਂਟ ਤਿਆਰ ਸਨ ਜਿਨ੍ਹਾਂ ਨੇ ਪਹੁੰਚਣਾ ਸੀਗਾ ਉਹਨਾਂ ਦੀਆਂ ਟਿਕਟਾਂ ਹੋਈਆਂ ਸੀ। ਉਹ ਤੁਹਾਨੂੰ ਪਤਾ ਇੱਕ ਪਾਸੇ ਦੀਆਂ ਟਿਕਟਾਂ ਹੁੰਦੀਆਂ ਨਾਨ ਰਿਫੰਡੇਬਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਇਸ ਤੋਂ ਇਲਾਵਾ ਕੁਛ ਨੇ ਆਪਦਾ ਪਹਿਲੀ ਬੰਨਾ ਜਿਹੜਾ ਉਹ ਜਾਂ ਹਿਸਾਬ ਕਿਤਾਬ ਉਹੋ ਜਿਹਾ ਸੁਧਾਰੇ ਉਹ ਲੈ ਕੇ ਚੱਕਿਆ, ਕੁਛ ਨੇ ਅੱਗੇ ਆਪਦੀ ਕੋਈ ਸੈਟਲਮੈਂਟ ਕੀਤੀ ਹੁੰਦੀ ਹੈ ਕੈਨੇਡਾ 'ਚ। ਇੱਧਰ ਇੱਕ ਕੁਛ ਇਹ ਵੀ ਵਿਪਤਾ ਹੈ ਕਿ ਆਈਲੈਸ ਕੁਛ ਮਿਆਦ ਦਾ ਹੁੰਦਾ ਜੇ ਇਸ ਤਰ੍ਹਾਂ ਕੋਈ ਬੰਦਾ ਜਿਹੜਾ ਪਛੜ ਗਿਆ ਤਾਂ ਉਹਦੇ ਵਾਸਤੇ ਵੀ ਵਿਪਤਾ ਹੋਏਗੀ। ਤਾਂ ਕਹਿਣ ਦਾ ਮਤਲਬ ਹੈ ਕਿ ਜਿਹੜੇ ਉੱਥੋਂ ਦੇ ਜੁੜੇ ਹੋਏ ਨੇ ਜਿਨ੍ਹਾਂ ਨੂੰ ਐਡਮਿਸ਼ਨ ਮਿਲੀ ਹੋਈ ਸੀ ਜਿਨ੍ਹਾਂ ਨੂੰ ਯਕਦਮ ਇਨਕਾਰ ਹੋਇਆ ਤੇ ਉਹ ਕਿਤੇ ਨਾ ਕਿਤੇ ਤੇ ਜ਼ਰੂਰ ਇਸ ਵੇਲੇ ਸਖਤੀ ਦੇ ਵਿੱਚ ਹੈਗੇ ਨੇ ਜਾਂ ਕਹਿ ਲਓ ਕਿ ਪੂਰੇ ਸ਼ੌਕ ਨੇ ਕਿਉਂਕਿ ਉਹਨਾਂ ਦੀ ਤਿਆਰੀ ਬਿਲਕੁਲ ਬੈਗ ਪੈਕ ਸੀ। ਸਾਰਾ ਕੁਛ ਜਿਹੜਾ ਸੀਗਾ ਉਹ ਉਹਨਾਂ ਦਾ ਹੋ ਚੁੱਕਾ ਸੀ ਵੈਟ ਮੈਡੀਕਲ ਵਗੈਰਾ। ਉਹ ਕਹਿੰਦੇ ਕਿ ਉਹ ਖਰਚੇ ਵੀ ਦੁਬਾਰਾ ਪੈਣਗੇ ਸਾਨੂੰ ਜੀ। ਇਸ ਕਰਕੇ ਇਹ ਕੀ ਹੋਇਆ ਕਾਹਤੋਂ ਹੋਇਆ ਇਹਦਾ ਤੇ ਹਾਲੇ ਇੱਧਰ ਪਤਾ ਨਹੀਂ ਲੱਗ ਰਿਹਾ, ਪਰ ਇਹ ਖਬਰ ਜਿਹੜੀ ਸੀਗੀ ਇਹਨੇ ਅੱਜ ਪੂਰਾ ਦਿਨ ਪੂਰੀ ਚਰਚਾ ਖੱਟੀ ਹੋਈ ਹੈ ਜੀ। ਓਂਟਾਰੀਓ ਦੇ ਨਾਰਦਰਨ ਕਾਲਜ ਵੱਲੋਂ ਐਡਮਿਸ਼ਨ ਤਕਰੀਬਨ 3-4 ਦਿਨ ਪਹਿਲਾਂ ਇਹ ਖਬਰ ਸਾਹਮਣੇ ਆਈ ਸੀ ਜੀ। ਉਹਨਾਂ ਨੇ ਵਿਡਰਾਅ ਕੀਤਾ ਹੋਇਆ, ਪਰ ਆਫ ਕੋਰਸ ਜਿਹੜਾ ਉਹਦਾ ਇੰਪੈਕਟ ਹੈਗਾ ਤਰਥੱਲੀ ਆ ਉਹ ਜ਼ਰੂਰ ਮਹਿਸੂਸ ਹੋਏਗੀ ਕਿਉਂਕਿ ਸਤੰਬਰ ਦੇ ਸੈਸ਼ਨ ਵਾਸਤੇ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੀ ਆਉਂਦੇ ਹਫ਼ਤਿਆਂ ਦੇ ਵਿੱਚ ਆਮਦ ਸ਼ੁਰੂ ਹੋ ਜਾਣੀ ਹੈ ਜੀ। ਉਹਨਾਂ ਨੇ ਪਹੁੰਚਣਾ ਸ਼ੁਰੂ ਕਰ ਦੇਣਾ। ਹਾਂਜੀ ਬਿਲਕੁਲ। ਤਾਂ ਫਿਰ ਉਹਦੇ ਨਾਲ ਜਿਹੜੀਆਂ ਸਮੱਸਿਆਵਾਂ ਜੁੜੀਆਂ ਜਿਹੜੀਆਂ ਆਪਾਂ ਕਹਿ ਰਹੇ ਹਾਂ ਕਿ ਕਿਸੇ ਨੇ ਟਿਕਟ ਕਰਾਈ ਆ, ਕਿਸੇ ਨੇ ਇੱਧਰ ਕੈਨੇਡਾ ਦੇ ਵਿੱਚ ਕੋਈ ਆਪਣੀ ਸੈਟਿੰਗ ਕੀਤੀ ਹੈ, ਕੋਈ ਐਡਵਾਂਸ ਦਿੱਤਾ ਹੈ ਜਾਂ ਕਿਸੇ ਦਾ ਮੈਡੀਕਲ ਹੋਇਆ ਵਾ, ਤਾਂ ਇਹ ਬੜੀ ਸਮੱਸਿਆ ਖੜੀ ਹੋ ਜਾਏਗੀ ਨਾ। ਜਿਨ੍ਹਾਂ ਦਾ ਬੈਗ ਤਿਆਰ ਸੀਗਾ ਜਿਹੜੇ ਬਿਲਕੁਲ ਸੋਚ ਰਹੇ ਸੀਗੇ ਕੈਨੇਡਾ, ਤਾਂ ਉਹ ਤੁਹਾਨੂੰ ਇੱਕ ਹੋਰ ਪਤਾ ਹੀ ਹੈ ਕਿ ਮਾਨਸਿਕ ਤੌਰ 'ਤੇ ਇੱਕ ਬਹੁਤ ਪੀੜਾਦਾਇਕ ਸਮਾਂ ਹੋ ਜਾਂਦਾ ਹੈ ਜਦੋਂ ਇਸ ਤਰ੍ਹਾਂ ਹੁੰਦਾ ਕਿ ਪੈਸੇ ਵੀ ਲੱਗ ਗਏ ਨਾ ਇੱਧਰ ਦੇ ਨਾ ਉੱਧਰ ਦੇ, ਕਿਉਂਕਿ ਸੁਪਨਿਆਂ ਦੀ ਬੁਣਤੀ 'ਚ ਕੁਛ ਇਸ ਤਰ੍ਹਾਂ ਦੀ ਤਸਵੀਰ ਹੈ ਨਾ ਕਿ ਕੈਨੇਡਾ ਇੱਕ ਵਾਰੀ ਪਹੁੰਚ ਗਏ ਤਾਂ ਯਾਰ ਟਿਕਾਣੇ ਲੱਗ ਜਾਵਾਂਗੇ। ਜੀ 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 ਬਿਲਕੁਲ। ਮਿੰਟੂ ਜੀ ਬਾਕੀ ਖਬਰਾਂ ਦੇ ਵਿੱਚ ਇਹ ਦੱਸਿਓ DGP ਦੇ ਵਿਰੁੱਧ ਇੱਕ ਪਟੀਸ਼ਨ ਪਾਈ ਗਈ ਸੀ ਤੇ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਜੀ। ਜੀ ਦੇਖੋ DGP ਦੇ ਵਿਰੁੱਧ ਜਿਹੜੀ ਇਹ ਪਟੀਸ਼ਨ ਪਾਈ ਗਈ ਸੀਗੀ ਤਾਂ ਇਹਦੇ 'ਚ ਕਿਉਂਕਿ ਤੁਹਾਨੂੰ ਪਤਾ ਪੰਜਾਬ ਦਾ DGP ਪੱਕਾ ਨਹੀਂ ਹੈਗਾ, ਕਾਰਜਕਾਰੀ ਤੁਰਿਆ ਜਾਂਦਾ। ਵੈਸੇ ਕਮਾਲ ਦੀ ਗੱਲ ਹੈ ਤੁਹਾਨੂੰ ਯਾਦ ਹੋਣਾ ਕਿ ਅਕਾਲ ਤਖਤ ਸਾਹਿਬ ਦੇ ਜਦੋਂ ਕਾਰਜਕਾਰੀ ਜਥੇਦਾਰ ਸਨ ਗਿਆਨੀ ਹਰਪ੍ਰੀਤ ਸਿੰਘ ਜੀ, ਤਾਂ ਭਗਵੰਤ ਮਾਨ ਅਕਸਰ ਕਿਤੇ ਨਾ ਕਿਤੇ ਗਾਏ ਵਗਾਏ ਇਸ ਤਰ੍ਹਾਂ ਚੋਟ ਕਰ ਜਾਂਦੇ ਹੁੰਦੇ ਸੀ ਸ਼ਬਦਾਂ ਦੀ। ਤਾਂ ਦੂਸਰੇ ਪਾਸੇ ਤੁਸੀਂ ਦੇਖੋ ਕਿ ਆਪਣਾ ਇਹਨਾਂ ਦਾ DGP ਜਿਹੜਾ ਹੈ ਉਹ ਕਾਰਜਕਾਰੀ ਹੈ, ਕਾਰਜਕਾਰੀ ਵੀ ਕਹਿ ਲਓ ਕਿ ਥੋੜ੍ਹੀ ਜਿਹੀ ਯਾਰੀ ਵੀ ਕਹਿ ਲਓ ਕਿ ਇਹਨਾਂ ਦੇ ਬੌਸ ਦੇ ਨਾਲ ਚੰਗੇ ਸੰਬੰਧ ਨੇ ਤਾਂ ਉਹਨਾਂ ਨੂੰ ਕਾਰਜਕਾਰੀ ਲਾਇਆ। ਅਤੇ ਹਿਸਾਬ ਲਾ ਲਓ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਤੁਰੰਤ ਬਾਅਦ ਇਹਨਾਂ ਨੂੰ ਲਿਆਂਦਾ ਸੀਗਾ ਅਤੇ ਅੱਜ ਤੱਕ ਕਾਰਜਕਾਰੀ ਹੈ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਕਮ ਅਦੂਲੀ ਦੀ ਪਟੀਸ਼ਨ ਜਿਹੜੀ ਸੀਗੀ ਉਹ ਪਾਈ ਗਈ ਸੀਗੀ। ਇਹ ਮਾਮਲਾ ਗਿਆ ਸੀਗਾ ਸੁਪਰੀਮ ਕੋਰਟ ਦੇ ਵਿੱਚ ਜੀ। ਤਾਂ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਪਟੀਸ਼ਨ ਕਰਤਾ ਸੀਗੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਫੈਸਲਾ ਹੋਇਆ ਸੀਗਾ ਸੁਪਰੀਮ ਕੋਰਟ ਦੇ ਵਿੱਚ ਕਿ ਬਈ ਪੱਕਾ DGP ਲਾਉਣਾ ਹੈ ਤਾਂ UPSC ਪੈਨਲ ਸ਼ਾਰਟ ਲਿਸਟ ਕਰਦੀ ਹੈ, ਉਹ ਸਾਰੀਆਂ ਜਿਹੜੀਆਂ ਕਾਰਵਾਈਆਂ ਕਿ ਜੋ ਹੁਕਮ ਸੁਪਰੀਮ ਕੋਰਟ ਨੇ ਦਿੱਤਾ ਹੋਇਆ ਜੋ ਗਾਈਡਲਾਈਨ ਜਾਰੀ ਕੀਤੀ ਹੋਈ ਆ ਇਹ ਤਾਂ ਉਸ ਹੁਕਮ ਦੀ ਅਦੂਲੀ ਹੈ ਮਤਲਬ ਕਿ ਕੰਟੈਂਪਟ ਆਫ ਕੋਰਟ ਕਹਿ ਲਓ। ਤਾਂ ਇਹਦੇ 'ਚ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਇੱਥੇ ਗਲਤ ਹੋ, ਤੁਸੀਂ ਕਿਉਂਕਿ ਉਸ ਫੈਸਲੇ ਵਾਲੀ ਜੋ ਵੀ ਕਹਿ ਲਓ ਸਾਰੀ ਕਾਰਵਾਈ ਉਹਦੀ ਕੋਈ ਧਿਰ ਨਹੀਂ ਹੋ। ਜੇਕਰ ਤੁਸੀਂ ਪਟੀਸ਼ਨ ਫਾਈਲ ਕਰਨੀ ਹੈ ਇਸ ਮਾਮਲੇ 'ਚ ਤਾਂ ਤੁਹਾਨੂੰ नमीं यानी फ्रैश पटिशन जी फाइल करनी चाहिए है जी। जो फिर सुप्रीम कोर्ट को इस तरह का जवाब मिल जाता तो फिर आप समझ सकते हैं कि जां तां पटिशन करता पटिशन चुक लैंदा है वापस ले लैंदा है ते जां फिर पटिशन खारज हो जाती है। पर यह अपने आप के एक बड़ा लैंडमार्क फैसला सीगा जदों प्रकाश सिंह मामले दे विच गाइडलाइन आई सीगी उहदे विच 4-5 शर्तां को उधर नहीं जाते कि डीजीपी किवें लगेगा मतलब कि तय किया गया सीगा सुप्रीम कोर्ट वल्लों कि सूबे अपना डीजीपी किस तरह लाउणगे। और उस तो बाद ही तुसीं देखदे होगे ना कि यूपीएससी में एक पैनल जांदा है जी सीनियोरिटी वाइज ते फिर उथों शॉर्टलिस्ट होके आउंदा है ਤਿੰਨ ਦਾ ਇਹਨਾਂ ਤਿੰਨਾਂ ਚੋਂ ਜਿਹੜਾ ਮਰਜ਼ੀ ਚੁੱਕ ਲਓ। ਤਾਂ ਇੱਥੇ ਹੁਣ ਕਾਰਜਕਾਰੀ ਹੀ ਤੁਰਿਆ ਆਉਂਦਾ ਉਹਦਾ ਇੱਕ ਵੱਡਾ ਕਾਰਨ ਇਹ ਆ ਕਿ ਜੇਕਰ ਮੰਨ ਲਓ ਸੀਨੀਓਰਟੀ ਦੇ ਪੱਖ ਤੋਂ ਲਿਸਟ ਭੇਜੀ ਜਾਂਦੀ ਹੈ ਤਾਂ ਉਹਦੇ 'ਚ ਹੋ ਸਕਦਾ ਹੈ ਕਿ ਜਿਹੜੇ ਇਹਨਾਂ ਦੇ ਚਾਹਤੇ ਆ ਸ਼ਾਇਦ ਉਹਨਾਂ ਦਾ ਨੰਬਰ ਪਿੱਛੇ ਖਿਸਕ ਜਾਵੇ। ਆਹ ਕਾਰਨ ਜੀ। ਮਿੰਟੂ ਜੀ ਇੱਕ ਸਮਾਂ ਅਜਿਹਾ ਸੀ ਜਦੋਂ ਨਾ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਸੀ ਵੀ ਜਿਹੜੇ ਬਜ਼ੁਰਗ ਸੀ ਉਹ ਅਸੀਸ ਦਿਆ ਕਰਦੇ ਸੀ ਵੀ ਰੱਬ ਤੈਨੂੰ ਪਟਵਾਰੀ ਲਾਵੇ ਕਿਉਂਕਿ ਪਟਵਾਰੀ ਦੀ ਪਾਵਰ ਕੀ ਹੁੰਦੀ ਆ ਉਹ ਜ਼ਿਮੀਂਦਾਰ ਬੰਦੇ ਤੋਂ ਜ਼ਿਆਦਾ ਜਾਂ ਜਿਹੜੇ ਪਿੰਡ ਦੇ ਵਿੱਚ ਵਿਅਕਤੀ ਰਹਿੰਦੇ ਜਿਹਦੇ ਕੋਲ ਵੀ ਪ੍ਰਾਪਰਟੀ ਆ ਉਹ ਚੰਗੀ ਤਰ੍ਹਾਂ ਸਮਝਦੇ ਨੇ। ਹੁਣ ਪਟਵਾਰੀ ਦੀ ਭਰਤੀ ਹੋ ਗਈ ਪਰ ਟ੍ਰੇਨਿੰਗ ਦੌਰਾਨ ਹੀ ਹੁਣ ਪਟਵਾਰੀ ਨੌਕਰੀਆਂ ਛੱਡ ਰਹੇ ਨੇ। ਇਹ ਕੀ ਪੰਗਾ ਪਿਆ ਹੋਇਆ ਜੀ? ਦੇਖੋ ਇਹਦੇ 'ਚ ਕੀ ਹੈ ਕਿ 1090 ਪਟਵਾਰੀ ਭਰਤੀ ਕੀਤੇ ਸੀਗੇ। ਇਹ ਸ਼ਾਇਦ ਕਾਂਗਰਸ ਸਰਕਾਰ ਦੇ ਵਿੱਚ ਪ੍ਰਕਿਰਿਆ ਸ਼ੁਰੂ ਹੋਈ ਸੀਗੀ ਤੇ ਇਹਨਾਂ ਨੇ ਯਾਨੀ ਜਦੋਂ ਇਹ ਆਏ ਆ ਤੇ ਨਿਯੁਕਤੀ ਪੱਤਰ ਵੀ ਵੰਡੇ ਸੀਗੇ। ਉਸ ਤੋਂ ਬਾਅਦ ਫਿਰ ਇਹ ਟ੍ਰੇਨਿੰਗ ਤੇ ਚਲੇ ਗਏ ਤੇ ਦੌਰਾਨੇ ਟ੍ਰੇਨਿੰਗ ਹੀ ਤੁਸੀਂ ਹਿਸਾਬ ਲਾ ਲਓ ਕਿ 1090 ਦੇ ਵਿੱਚੋਂ 200 ਤੋਂ ਵੱਧ ਪਟਵਾਰੀ ਜਿਹੜੇ ਆ ਉਹ ਨੌਕਰੀ ਛੱਡ ਕੇ ਜਾ ਚੁੱਕੇ ਆ ਜੀ। ਤੇ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬਹੁਤ ਅਜੀਬੋ-ਗਰੀਬ ਮਾਮਲਾ ਹੈ ਕਿਉਂਕਿ ਜਦੋਂ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਸੀਗਾ ਤਾਂ ਐਲਾਨ ਕੀਤਾ ਗਿਆ ਸੀਗਾ ਕਿ ਟ੍ਰੇਨਿੰਗ ਸਮਾਂ 1.5 ਦੀ ਬਜਾਏ 1 ਸਾਲ ਤੇ ਟ੍ਰੇਨਿੰਗ ਨੂੰ ਸਰਵਿਸ ਦਾ ਹਿੱਸਾ ਮੰਨ ਕੇ ਪੂਰੀ ਤਨਖਾਹ ਦਿੱਤੀ ਜਾਊਗੀ। ਇੱਥੇ ਆ ਕੇ ਉਹ ਜਿਵੇਂ ਗਾਣਾ ਸੀਗਾ ਨਾ ਬਿੰਦਰ ਖੀਏ ਦਾ ਕਿ ਇੱਥੇ ਆ ਕੇ ਕਰ ਦਿੱਤਾ ਕਾਲਾ ਮਾਲਾ ਮੇਰੀ ਸੱਸ ਨੇ ਤਾਂ ਇੱਥੇ ਆ ਕੇ ਹੀ ਗੜਬੜ ਹੋ ਗਈ ਕਿਉਂਕਿ ਇਹਨਾਂ ਨੂੰ ਜਿਹੜੀ ਉਹ ਤਨਖਾਹ ਦੇਣੀ ਸੀ ਕਿ ਇੱਕ ਤਾਂ ਜਿਹੜਾ ਟ੍ਰੇਨਿੰਗ ਦਾ ਪੀਰੀਅਡ ਆ ਉਸ ਨੂੰ ਸਰਵਿਸ ਦੇ ਵਿੱਚ ਹੀ ਮੰਨ ਲਿਆ ਜਾਏਗਾ। ਇਸ ਦੌਰਾਨ ਤੁਹਾਨੂੰ ਪੂਰੀ ਤਨਖਾਹ ਦੇ ਦਿੱਤੀ ਜਾਏਗੀ। ਬੇਸਿਕ ਤਨਖਾਹ ਇਹਨਾਂ ਦੀ ਬਣਦੀ 19,500 ਪਰ ਨਾ ਤਾਂ ਉਹ ਦਿੱਤੀ ਤੇ ਨਾ ਹੀ ਟ੍ਰੇਨਿੰਗ ਵਾਲਾ ਸਮਾਂ ਜਿਹੜਾ ਉਹ ਇਹਨਾਂ ਨੇ ਇਸ ਤਰ੍ਹਾਂ ਕਾਊਂਟ ਕੀਤਾ। ਹੁਣ ਜਿਹੜੇ ਇਹ ਪਟਵਾਰੀ ਹੈ ਕਿਉਂਕਿ ਅੱਜ ਇਤਫਾਕਨ ਮੈਨੂੰ ਸਵੇਰੇ ਇਹਨਾਂ ਦੇ ਇੱਕ ਆਗੂ ਦੀ ਕਾਲ ਆਈ ਹੈ ਤਾਂ ਉਹਨਾਂ ਨੇ ਵਿਚਲੀ ਗੱਲ ਦੱਸੀ ਹੈ। ਉਹ ਕਹਿੰਦੇ ਬਈ ਖੁੱਲ੍ਹ ਕੇ ਅਸੀਂ ਬੋਲ ਵੀ ਨਹੀਂ ਸਕਦੇ ਕਿਉਂਕਿ ਕੁਛ ਲੋਕ ਨੌਕਰੀ ਕਰਨ ਦੇ ਰੌਂ ਦੇ ਵਿੱਚ ਆ ਪਰ ਉਹ ਜਿਹੜੀ ਗੱਲ ਕਹਿ ਰਹੇ ਸੀਗੇ ਉਹਨੂੰ ਸੁਣ ਕੇ ਤੁਸੀਂ ਵੀ ਮੱਥਾ ਪਿੱਟ ਲਾਉਂਗੇ। ਉਹ ਕਹਿੰਦੇ ਕਿ ਸਾਨੂੰ ਸਰਕਾਰ ਦੌਰਾਨੇ ਟ੍ਰੇਨਿੰਗ 5000 ਰੁਪਇਆ ਦੇ ਰਹੀ ਹੈ 5000 ਮੰਥਲੀ ਤੇ ਜਿਹੜੇ ਮੰਨ ਲਓ 2-3 ਜ਼ਿਲ੍ਹੇ ਪਾਰ ਕਰਕੇ ਜਾ ਕੇ ਕਿਤੇ ਰਹਿ ਰਹੇ ਨੇ ਟ੍ਰੇਨਿੰਗ ਦੇ ਵਿੱਚ ਉਹ ਕਹਿੰਦੇ ਕਿ ਘੱਟੋ ਘੱਟ ਮਿਨੀਮਮ 15,000 ਤੇ ਉਹਨਾਂ ਦਾ ਰਹਿਣ ਸਹਿਣ ਦਾ ਖਰਚਾ ਹੈ। ਅਸੀਂ ਕਿੱਧਰ ਨੂੰ ਜਾਈਏ? ਔਰ ਗੱਲ ਕੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਪੜ੍ਹੇ ਲਿਖੇ ਹੁੰਦੇ ਨੇ ਨੌਜਵਾਨ ਉਹਨਾਂ ਨੇ ਕਈ ਥਾਈਂ ਅਰਜ਼ੀਆਂ ਦਿੱਤੀਆਂ ਹੁੰਦੀਆਂ ਨੇ ਨੌਕਰੀ ਵਾਸਤੇ। ਫਰਜ਼ ਕਰੋ ਅੱਛੀ ਨੌਕਰੀ ਹੋਰ ਮਿਲ ਗਈ ਉਹਨਾਂ ਨੂੰ ਲੱਗਦਾ ਕਿ ਯਾਰ ਅੱਜ ਕੱਲ੍ਹ ਫੇਸਬੁੱਕ ਹੀ ਇਹ ਵੀ ਪਟਵਾਰੀਆਂ ਨੂੰ ਗਾਲਾਂ ਕੱਢੀ ਜਾਂਦੇ ਆ ਲੀਡਰ ਵੀ ਪਟਵਾਰੀਆਂ ਨੂੰ ਧੱਕੀ ਫਿਰਦੇ ਆ ਇਹਦੇ ਨਾਲੋਂ ਚੰਗਾ ਕਿ ਕਿਤੇ ਹੋਰ ਜੁਆਇਨ ਕਰ ਲਓ। ਤੇ ਸਭ ਤੋਂ ਵੱਡੀ ਗੱਲ ਸਾਡੇ ਤੇ ਇੱਥੇ ਕਈ ਮਿੱਤਰ ਐਸੇ ਆ ਕਿਤੇ ਤੁਹਾਡੇ ਕੈਨੇਡਾ ਹੀ ਆਇਆ ਸਾਡਾ ਮਿੱਤਰ ਸ਼ਾਇਦ ਸੁਣਦਾ ਹੀ ਹੋਏਗਾ ਪਿਛਲੇ ਦਿਨਾਂ 'ਚ ਉਹ ਵੀ ਪਟਵਾਰੀ ਸੀਗਾ ਉਹ ਨੌਕਰੀ ਛੱਡ ਕੇ ਕੈਨੇਡਾ ਆ ਗਿਆ ਕਿਉਂਕਿ ਉਹ ਥੋੜੇ ਜਿਹੇ ਆਗੂ ਸੀਗੇ ਤੇ ਆਗੂ ਹਮੇਸ਼ਾ ਤੁਹਾਨੂੰ ਪਤਾ ਲੀਡਰਾਂ ਦੀ ਅੱਖ 'ਚ ਰੜਕਦੇ ਆ। ਜਿਹੜੇ ਲੋਕ ਨਹੀਂ ਕੋਈ ਮਾੜਾ ਕੰਮ ਕਰਦੇ ਆਪਣੀ ਗੈਰਤ ਦੇ ਨਾਲ ਨੌਕਰੀ ਕਰਨੀ ਚਾਹੁੰਦੇ ਆ ਤਾਂ ਉਹਨਾਂ ਨੂੰ ਕਈ ਵਾਰ ਹੋਣ ਨਹੀਂ ਦਿੰਦੇ ਨੌਕਰੀ ਉਹ ਕਰ ਨਹੀਂ ਦਿੰਦੇ ਇਹ ਵੀ ਦਿੱਤਾ ਹੈ। ਸੋ ਇਹਨਾਂ ਦੀ ਸਮੱਸਿਆ ਜਿਹੜੀ ਹੈ ਉਹ ਦੋ ਪਾਸੇ ਦੀ ਹੈ ਕਿ ਇੱਕ ਤਾਂ ਇਹ ਆ ਕਿ ਹੋ ਸਕਦਾ ਕਿ ਜਿਹੜੀ ਭਰਤੀ ਹੋਈ ਆ ਉਹਦੇ ਵਿੱਚ ਕੁਛ ਨੂੰ ਚੰਗਾ ਚਾਂਸ ਦਿਖਦਾ ਹੋਵੇ ਕਿ ਇੱਧਰ ਨੂੰ ਚਲੇ ਜਾਈਏ ਉੱਧਰ ਨੂੰ ਮੋੜਾ ਕੱਟ ਗਏ ਪਰੰਤੂ ਜ਼ਿਆਦਾਤਰ ਜਿਹੜੇ ਆ ਉਹ ਇਸ ਮਾਨਸਿਕ ਤਣਾਅ 'ਚੋਂ ਗੁਜ਼ਰ ਰਹੇ ਕਿ ਕਰੀਏ ਕੀ 5000 ਰੁਪਇਆ ਲੈ ਕੇ ਕਰਾਂਗੇ ਕੀ ਤਾਂ ਇੱਥੋਂ ਹੀ ਤਾਂ ਫਿਰ ਕਰਪਸ਼ਨ ਦਾ ਮੁੱਢ ਵੱਧ ਜਾਂਦਾ ਜੀ। ਬਿਲਕੁਲ ਇੱਥੇ ਸਿੱਖੀ ਜਾਂਦੀ ਹੈ ਤੁਸੀਂ ਅਗਲੇ ਨੂੰ ਤਨਖਾਹ ਪੂਰੀ ਦਿਓ ਉਹਦੇ ਤੋਂ ਪੂਰਾ ਕੰਮ ਲਵੋ ਮਾਹੌਲ ਵਧੀਆ ਦਿਓ ਜੋਬ ਵਾਸਤੇ ਮਾਹੌਲ ਵਧੀਆ ਦਿਓ। ਮਾਫ਼ ਕਰਨਾ ਗੱਲ ਇਹ ਹੈ ਕਿ ਜਿਹੜੀ ਇਹ ਸਰਕਾਰ ਹੈ ਠੀਕ ਹੈ ਕੁਛ ਮਾਮਲਿਆਂ ਦੇ ਵਿੱਚ ਅੱਛੇ ਕਦਮ ਵੀ ਚੁੱਕਦੀ ਹੈ ਪਰ ਜਿਹੜਾ ਮਾਹੌਲ ਬਣਨਾ ਚਾਹੀਦਾ ਹੈ ਨਾ ਦਫ਼ਤਰਾਂ ਦਾ ਜੀ ਜੋ ਮੁਲਾਜ਼ਮਾਂ ਦਾ ਮਾਹੌਲ ਬਣਨਾ ਚਾਹੀਦਾ ਉਹ ਤਾਲਮੇਲ ਕਿਤੇ ਨਾ ਕਿਤੇ ਉਹਦੀ ਘਾਟ ਰੜਕਦੀ ਆ ਜੀ ਜੀ। ਮਿੰਟੂ ਜੀ ਇਹ ਦੱਸਿਓ ਜਿਹੜਾ ਘਰ ਘਰ ਰਾਸ਼ਨ ਸਕੀਮ ਵਾਲਾ ਜਿਹੜਾ ਇਹ ਪ੍ਰੋਗਰਾਮ ਹੈ ਉਹ ਤੇ ਦੁਬਾਰਾ ਤੋਂ ਪੇਜ ਫਸ ਗਿਆ ਕੀ ਵੇਰਵਾ ਜੀ? ਦੇਖੋ ਇਹਦੇ ਤੇ ਪਹਿਲੀ ਗੱਲ ਤੇ ਇਹ ਆ ਕਿ ਸਤੰਬਰ ਦੇ ਵਿੱਚ ਬੜੇ ਵੱਡੇ ਸਵਾਲ ਭੇਜੇ ਸਨ ਜਾਂ ਇਤਰਾਜ਼ ਕਹਿ ਲਓ ਰਾਜਪਾਲ ਸਾਹਿਬ ਨੇ। ਉਹ ਜਿਹੜੇ ਸਵਾਲ ਹੈ ਜਿਉਂ ਦੇ ਤਿਉਂ ਆ, ਉਹਦਾ ਕੋਈ ਜਵਾਬ ਹੁਣ ਤੱਕ ਗਿਆ ਹੀ ਨਹੀਂ ਹੈ। ਜਦੋਂ ਤੱਕ ਜਵਾਬ ਨਹੀਂ ਗਿਆ ਤਾਂ ਇਹਦਾ ਮਤਲਬ ਇਹ ਆ ਕਿ ਉਹ ਸਵਾਲ ਜਾਂ ਕਿੰਤੂ ਪਰੰਤੂ ਨੁਕਤੇ ਜਿਹੜੇ ਆ ਉਹ ਸਟੈਂਡ ਕਰਦੇ ਆ, ਚਾਰ ਪੰਜ ਨੇ ਉਹ ਜੀ। ਪਹਿਲੀ ਗੱਲ ਤਾਂ ਇਹ ਆ, ਜੇ ਲਾਗੂ ਕਰਦੇ ਆ ਤਾਂ ਮੈਨੂੰ ਲੱਗਦਾ ਕਿ ਰਾਜਪਾਲ ਨੇ ਵੀ ਪੁੱਠੀ ਕੈਂਚੀ ਮਾਰ ਦੇਣੀ ਆ। ਪੁੱਠੀ ਕੈਂਚੀ ਕਬੱਡੀ ਦੇ ਵਿੱਚ ਹੁੰਦੀ ਆ ਨਾ, ਪੁੱਠੀ ਕੈਂਚੀ ਪੈ ਜਾਣੀ ਆ। ਤੇ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਇੱਧਰੋਂ ਹੁਣ ਜਿਹੜੇ ਰਾਸ਼ਨ ਡਿਪੂ ਵਾਲੇ ਆ ਉਹਨਾਂ ਨੇ ਵੀ ਅੱਜ ਕੱਲ੍ਹ ਜਥੇਬੰਦੀਆਂ ਤੁਹਾਨੂੰ ਪਤਾ ਬਣਾ ਰੱਖੀਆਂ। ਅੱਜ ਕੱਲ੍ਹ ਹਰੇਕ ਥਾਂ 'ਤੇ ਜਥੇਬੰਦੀ, ਅੱਜ ਕੱਲ੍ਹ ਤਾਂ ਮੁਲਾਜ਼ਮ ਵੀ ਜਥੇਬੰਦੀ ਬਣਾ ਕੇ ਚੱਲਦੇ ਆ। ਇਹਨਾਂ ਦੀ ਜਥੇਬੰਦੀ ਨੇ ਅੱਗੇ ਵੀ ਹਾਈ ਕੋਰਟ ਦੇ ਵਿੱਚ ਜਾ ਕੇ ਇਸ ਸਕੀਮ ਨੂੰ ਰੁਕਵਾ ਦਿੱਤਾ ਸੀਗਾ। ਉਹ ਕਹਿੰਦੇ ਕਿ ਹੁਣ ਫੇਰ ਅਸੀਂ ਤੇ ਜਾਵਾਂਗੇ ਹਾਈ ਕੋਰਟ। ਤੁਸੀਂ ਕੀ ਹੈ ਕਿ ਪਹਿਲਾਂ ਉੱਥੇ ਮੰਨ ਗਏ, ਠੀਕ ਹੈ ਅਸੀਂ ਇਸ ਚੀਜ਼ ਨੂੰ ਮੁਲਤਵੀ ਕਰ ਦਿੰਦੇ ਹਾਂ, ਫਿਰ ਬਾਅਦ ਦੇ ਵਿੱਚ ਹੁਣ ਤੁਸੀਂ ਥੋੜ੍ਹਾ ਜਿਹਾ ਟੇਢ ਪਾ ਕੇ, ਥੋੜ੍ਹਾ ਜਿਹਾ ਵਿੰਗੇ ਢੰਗ ਦੇ ਨਾਲ ਜਾ ਕੇ ਇਸ ਨੂੰ ਫਿਰ ਲਾਗੂ ਕਰਨ ਜਾ ਰਹੇ ਹੋ। ਤਾਂ ਦੋਨੇ ਸਮੱਸਿਆਵਾਂ ਨੇ, ਇੱਕ ਤਾਂ ਇਹ ਕਿ ਰਾਸ਼ਨ ਡਿਪੂ ਵਾਲੇ ਜਿਹੜੇ ਆ ਉਹ ਵੀ ਆਪਣੀ ਥਾਂ ਤੇ ਕਹਿੰਦੇ ਕਿ ਅਸੀਂ ਵੀ ਸੰਘਰਸ਼ ਕਰਾਂਗੇ, ਤਾਂ ਦੂਸਰੇ ਪਾਸੇ ਰਾਜਪਾਲ ਦੇ ਜਿਹੜੇ ਸਵਾਲ ਸੀਗੇ ਉਹ ਵੀ ਜਿਉਂਦੇ ਤਿਉਂ ਖਲੋਤੇ ਆ। ਤਾਂ ਦੋਵਾਂ ਪਾਸਿਆਂ ਤੋਂ ਕਿਤੇ ਨਾ ਕਿਤੇ ਇਸ ਘਰ ਘਰ ਰਾਸ਼ਨ ਸਕੀਮ ਨੂੰ ਖਤਰਾ ਹੈਗਾ। ਤੇ ਦੂਜੀ ਗੱਲ, ਰਾਸ਼ਨ ਡਿਪੂ ਵਾਲੇ ਕਹਿੰਦੇ ਨੇ ਕਿ ਬਈ ਇਹ ਸਾਨੂੰ ਚੋਰ ਬਣਾਈ ਜਾਂਦੇ ਆ, ਇਹ ਸਾਰਾ ਕੁਛ ਜਿਵੇਂ ਅਸੀਂ ਕਰਾਈ ਜਾਂਦੇ ਹਾਂ। ਠੀਕ ਹੈ, ਕਹਿੰਦੇ ਕਿ ਲਗਜ਼ਰੀ ਗੱਡੀਆਂ ਵਾਲੇ ਆਉਂਦੇ ਪਰ ਅਸੀਂ ਕੀ ਕਰੀਏ, ਅਸੀਂ ਕੀ ਕਰੀਏ। ਅੱਜ ਇਹਨਾਂ ਦੇ ਇੱਕ ਲੀਡਰ ਨੇ ਬੜਾ ਵੱਡਾ ਖੁਲਾਸਾ ਕੀਤਾ। ਉਹ ਕਹਿੰਦੇ ਕਿ ਦੇਖੋ ਅਸੀਂ ਤੁਹਾਨੂੰ ਸਹੀ ਕਰ ਦੇਵਾਂਗੇ ਸਾਰਾ ਕੁਛ ਜੀ, ਸਾਨੂੰ ਪਤਾ ਕਿ ਕਿਹੜਾ ਕਿਹੜਾ ਬੰਦਾ ਲਾਭਪਾਤਰੀ ਹੈ ਤੇ ਕਿਹੜਾ ਕਿਹੜਾ ਬੰਦਾ ਬਈ ਲਾਭਪਾਤਰੀ ਹੈ ਨਹੀਂ ਗਾ ਜੀ। ਹੁਣ ਗੱਲ ਕੀ ਹੈ ਕਿ ਸਾਡੇ ਅਖਤਿਆਰ ਖੇਤਰ ਤੋਂ ਬਾਹਰ ਹੈ ਤੇ ਅਸੀਂ ਕਾਰਡ ਕਿਸੇ ਦਾ ਕੱਟ ਹੀ ਨਹੀਂ ਸਕਦੇ। ਤੁਸੀਂ ਸਾਡੇ ਅਖਤਿਆਰ ਖੇਤਰ 'ਚ, ਅਧਿਕਾਰ ਖੇਤਰ 'ਚ ਲਿਆ ਦਿਓ, ਅਸੀਂ ਕੱਟ ਕੱਟ ਕੇ ਪਰੇ ਮਾਰਾਂਗੇ ਕਾਰਡ। ਤੁਹਾਨੂੰ ਕੱਲੇ ਕੱਲੇ ਬੰਦੇ ਦਾ ਪਤਾ ਹੈ। ਗੱਲ ਤਾਂ ਵੈਸੇ ਠੀਕ ਆ, ਪਰ ਜੇ ਤੁਹਾਡੇ ਅਧਿਕਾਰ ਖੇਤਰ 'ਚ ਇਹ ਆ ਗਿਆ ਕਿ ਕਾਰਡ ਨਵੇਂ ਤੁਸੀਂ ਲਾਉਣੇ ਆ ਤਾਂ ਫਿਰ ਕੀ ਬਣੇਗਾ, ਇਹ ਵੀ ਇੱਕ ਸਵਾਲ ਰਹਿੰਦਾ ਨਾ ਹਮੇਸ਼ਾ। ਪਰ ਦੂਜੀ ਗੱਲ ਜਿਹੜੀ ਇਹਨਾਂ ਖੁਲਾਸੇ ਦੇ ਰੂਪ ਦੇ ਵਿੱਚ ਕਹੀ ਆ ਕਿ ਜਿਹੜੇ ਗਲਤ ਕਾਰਡ ਬਣੇ ਆ, ਬਿਲਕੁਲ ਅਸੀਂ ਮੰਨਦੇ ਹਾਂ ਕਿ ਲਗਜ਼ਰੀ ਗੱਡੀਆਂ ਤੇ ਲੋਕ ਦਾਣਿਆਂ ਦੇ ਕੱਟੇ ਲੱਦਣ ਆਉਂਦੇ ਆ, ਉਹ ਬਿਲਕੁਲ ਸੱਚ ਹੈ, ਪਰ ਕਹਿੰਦੇ ਕਿ ਬਣੇ ਆ ਅਫਸਰਸ਼ਾਹੀ ਦੀ ਮਿਲੀ ਭਗਤ ਦੇ ਨਾਲ, ਉਹਦੇ 'ਚ ਰਾਜਨੀਤਿਕ ਲੋਕ ਵੀ ਸ਼ਾਮਲ ਸੀ। ਤਾਂ ਉਹ ਸਾਰਾ ਕੁਝ ਕਰ ਕਰਾ ਗਏ ਤੇ ਠੀਕਰਾ ਤੁਸੀਂ ਸਾਡੇ ਤੇ ਭੰਨਦੇ ਹੋ ਕਿ ਸਾਰਾ ਕੁਝ ਰਾਸ਼ਨ ਡਿਪੂ ਵਾਲਿਆਂ ਨੇ ਕੀਤਾ। ਮਿੰਟੂ ਜੀ ਇਹ ਦੱਸੋ, ਹੁਣ ਚੌਲਾਂ ਤੋਂ ਬਾਅਦ ਖੰਡ ਦਾ ਅਸਰ ਪੈਣਾ ਕੁਝ ਦੇਸ਼ਾਂ ਦੇ ਉੱਪਰ, ਇਸ ਬਾਰੇ ਕੀ ਅਪਡੇਟ ਹੈ ਜੀ? ਦੇਖੋ ਐਲਾਨ ਤਾਂ ਨਹੀਂ ਕੀਤਾ ਇਹਨਾਂ ਨੇ ਐਕਸਪੋਰਟ ਕੱਟ ਕਰਨ ਦਾ, ਪਰ ਇਹ ਬਲੂਮਬਰਗ ਦੇ ਵਿੱਚ ਖਬਰ ਛਪੀ ਆ, ਕਹਿੰਦੇ ਆ ਕਿ ਘੱਟ ਹੋ ਸਕਦਾ ਪ੍ਰੋਡਕਸ਼ਨ, ਤੇ ਜਿਸ ਤੇ ਚੱਲਦੇ ਆ ਜਾਂ ਤਾਂ ਕੈਪ ਲਾ ਸਕਦੇ ਆ ਤੇ ਜਾਂ ਫਿਰ ਐਕਸਪੋਰਟ ਕੁਛ ਦੇਰ ਤੱਕ ਰੱਦ ਕਰ ਸਕਦੇ ਆ, ਐਸੀ ਸੰਭਾਵਨਾ ਹੈ। ਤੇ ਇਹਦੇ ਵਿੱਚ ਵੀ ਇੱਕ ਦੋ ਕਾਰਨ ਜਿਹੜੇ ਨੇ ਉਹ ਬੜੇ ਜ਼ਬਰਦਸਤ ਆ। ਮਸਲਨ ਤੁਹਾਨੂੰ ਪਤਾ ਹੀ ਹੈ ਕਿ ਜਿੱਦਾਂ ਆਪਣੇ ਇਸ ਖਿੱਤੇ ਦੇ ਵਿੱਚ ਤਾਂ ਖਾਸੀ ਬਾਰਿਸ਼ ਹੋਈ ਆ ਜੀ, ਪਰ ਕੁਛ ਸਟੇਟਾਂ ਦੇ ਵਿੱਚ ਮੌਨਸੂਨ ਜਿਹੜਾ ਸੁੱਕਾ ਰਹਿ ਗਿਆ, ਜਿਹਦੇ ਕਰਕੇ ਤੁਹਾਨੂੰ ਪਤਾ ਕਮਾਦ ਜਿਹੜਾ ਨੁਕਸਾਨਿਆ ਜਾ ਸਕਦਾ। ਤਾਂ ਇੱਕ ਤਾਂ ਇਹ ਸਮੱਸਿਆ, ਦੂਸਰਾ ਇਥੇਨਲ ਤੇ ਬਹੁਤ ਜ਼ਿਆਦਾ ਇੰਡੀਆ ਜਿਹੜਾ ਨਾ ਉਹ ਧਿਆਨ ਕੇਂਦਰਿਤ ਕਰ ਰਿਹਾ ਹੈ। ਇਨਫੈਕਟ ਇਹਨਾਂ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਕਿ ਅਸੀਂ ਹੋਰ 2-4 ਸਾਲਾਂ ਤੱਕ ਜੋ ਕੱਚੇ ਤੇਲ ਦਾ ਇੰਪੋਰਟ ਬਿੱਲ ਹੈ ਇਹਦੇ ਵਿੱਚ 20-25% ਘਾਟਾ ਕਰ ਦੇਵਾਂਗੇ, ਇੰਨਾ ਜ਼ਿਆਦਾ ਐਥੇਨੋਲ ਬਣਾਵਾਂਗੇ। ਦੂਸਰੇ ਪਾਸੇ ਮਤਲਬ ਕਿ ਕੁਛ ਹੋਰ ਵੀ ਸਮੱਸਿਆਵਾਂ ਹੈਗੀਆਂ ਨੇ ਐਕਸਪੋਰਟ ਦੇ ਨਾਲ ਜੁੜੀਆਂ, ਕਿ ਪਹਿਲਾਂ ਹੀ ਇਹਨਾਂ ਨੇ ਘਟਾ ਦਿੱਤਾ ਸੀਗਾ ਕੁਛ ਪਿਛਲੇ ਸਾਲ ਦੇ ਮੁਕਾਬਲੇ, ਕਿਉਂਕਿ ਭਾਰਤੀ ਬਾਜ਼ਾਰ ਦਾ ਵੀ ਇਹਨਾਂ ਨੂੰ ਖਿਆਲ ਰੱਖਣਾ ਪੈਂਦਾ। ਤੁਹਾਨੂੰ ਪਤਾ ਫੈਸਟੀਵਲ ਸੀਜ਼ਨ ਸ਼ੁਰੂ ਹੋ ਜਾਣਗੇ 1-2 ਮਹੀਨਿਆਂ ਤੱਕ, ਤਾਂ ਇਸ ਕਰਕੇ ਇਹ ਸੰਭਾਵਨਾ ਹੈ, ਕਿਉਂਕਿ ਖੰਡ ਦੀ ਬਹੁਤ ਜ਼ਿਆਦਾ ਪੈਦਾਵਾਰ ਕਰਦਾ ਭਾਰਤ। ਹੋ ਸਕਦਾ ਕਿ ਐਕਸਪੋਰਟ 'ਤੇ ਜਾਂ ਤਾਂ ਇੱਕ ਤੈਅ ਕੈਪ ਕਰ ਦੇਣ ਉਹਦੇ 'ਤੇ, ਜਾਂ ਫਿਰ ਇਹ ਹੋ ਸਕਦਾ ਕਿ ਕੁਝ ਸਮੇਂ ਵਾਸਤੇ ਐਕਸਪੋਰਟ ਮੁਲਤਵੀ ਹੋ ਜਾਵੇ। ਅਰੇ ਜੋ ਕੁਝ ਚੱਲ ਰਿਹਾ, ਚਾਹੇ ਉਹ ਕਲਾਈਮੇਟ ਕਰਕੇ ਆ, ਚਾਹੇ ਕੁਝ ਹੋਰ ਕਾਰਨਾਂ ਕਰਕੇ ਆ, ਪਰ ਇਹਦਾ ਚੱਕਰ ਇਹ ਆ ਕਿ ਕੋਈ ਵੀ ਦੇਸ਼ ਇੱਕ ਫੈਸਲਾ ਲੈਂਦਾ ਵਿਜੇ ਜੀ, ਤਾਂ ਉਹਦਾ ਅਸਰ 7 ਸਮੁੰਦਰੋਂ ਪਾਰ ਦੂਸਰੇ ਦੇਸ਼ ਤੇ ਪੈ ਜਾਂਦਾ। ਟ੍ਰੇਡ ਦਾ ਕੁਛ ਤਾਂ ਇਸ ਤਰ੍ਹਾਂ ਦਾ ਕਹਿ ਲਓ ਕਿ ਨਾ ਤਾਣਾ ਬਾਣਾ ਬਣਿਆ ਹੋਇਆ, ਤਾਂ ਇਹ ਇੱਕ ਬੜੀ ਵੱਡੀ ਸਮੱਸਿਆ। ਜਿਵੇਂ ਜੰਗ ਕਿਤੇ ਹੋਈ ਰਸ਼ੀਆ ਤੇ ਯੂਕਰੇਨ ਦੀ, ਪਰ ਉਹਦਾ ਅਸਰ ਕਿੱਥੇ ਪਿਆ? ਸਭ ਤੋਂ ਜ਼ਿਆਦਾ ਯੂਰਪੀ ਯੂਨੀਅਨ ਨੂੰ ਪੈ ਗਿਆ, ਬਿਲਕੁਲ ਹੋਰ ਕਈ ਥਾਵਾਂ ਤੇ ਪੈ ਗਿਆ। ਜੇ ਉਹਨਾਂ ਨੇ ਉਹ ਬਲੈਕ ਸੀ ਵਾਲਾ ਤੋੜਿਆ ਸਮਝੌਤਾ, ਤੇ ਉਹਦਾ ਅਸਰ ਕਿਹਦੇ ਤੇ ਪਿਆ? ਸਭ ਤੋਂ ਜ਼ਿਆਦਾ ਅਫਰੀਕਨ ਦੇਸ਼ਾਂ ਤੇ, ਬਿਲਕੁਲ। ਤਾਂ ਗੱਲ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖਣੀਆਂ ਪੈਣਗੀਆਂ, ਨਿਗਾਹ ਬਣੀ ਹੋਈ ਆ, ਪਰ ਹਾਲੇ ਕੋਈ ਇਹਦੇ ਵਿੱਚ ਕੋਈ ਐਡਾ ਉਹ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਨਹੀਂ ਹੈਗੀ, ਹਾਲੇ ਸਿਰਫ ਤੇ ਸਿਰਫ ਵਿਚਾਰ ਚੱਲਦੇ ਆ। ਤੇ ਮਿੰਟੂ ਜੀ ਅੱਜ ਦੀ खुशनुमा खबर की है जी। देखो विछोड़िया दीयां गल्लां अगे सुनिया सीगियां कि मेल होया किदां ओह मां पुत्त दा, फिर उस तो बाद शकीना, ओह गदर 2 वाली नहीं या गदर 1 वाली नहीं, शकीना शकीना इत्थे करतारपुर साहब कोरीडोर विछड़िया नूं मिलाउण दा भी जरिया है। उत्थे भैन भरा मिले आ, जसोवाल विखे इन्हां दा छुट गया सीगा भरा गुरमेल सिंह ते दोबारा मिले ने, बड़े भावुक पल सीगे ओह जी। पर इस तो बाद मैं बड़ा थोड़ा इस मामले दे विच ना हैगा कि जग्यासू कह लो कि देखिया कि यार साडे इंडिया च कुछ इस तरह के बंदे है जिदा उधर पाकिस्तान च कुछ यूट्यूबर काम करते हैं, तो मैनू इन्हां दे विच एक नाम मिलिया जो मैं लभ रहा सीगा, रिटायर्ड IAS ने सुभाष शर्मा जी। कमाल की गल है, जिवें कहंदे ने रूठा है तो मना लेंगे, छूटा है तो मिला देंगे। तो गल यह है कि 740 विछड़िया नूं इन्हां ने हुण तक उन्हां दे मापियां नाल जां घरदियां नाल मिलाया है। ਉਹ ਲੋਕ ਜਿਹੜੇ ਮਾਨਸਿਕ ਤੌਰ ਤੇ ਬਿਮਾਰ ਸਨ, ਮੈਂ ਕਮਾਲ ਮੰਨ ਗਿਆ ਕਿ ਮਾਨਸਿਕ ਤੌਰ ਤੇ ਬਿਮਾਰ ਬੰਦੇ ਨੂੰ ਉਹਦੇ ਘਰ ਤੱਕ ਛੱਡ ਕੇ ਆਉਣਾ ਜਾਂ ਉਹਦੇ ਘਰਦਿਆਂ ਨੂੰ ਲੱਭ ਲੈਣਾ, ਤੁਸੀਂ ਸਮਝ ਸਕਦੇ ਹੋ ਕਿੰਨਾ ਮੁਸ਼ਕਲ ਕਾਰਜ ਹੋਏਗਾ। ਪਰ ਕੁਛ ਲੋਕ ਬਣੇ ਹੀ ਇਸ ਕਰਕੇ ਆ, ਜਾਂ ਕਹਿ ਲਓ ਕਿ ਜੰਮੇ ਹੀ ਇਸ ਕਰਕੇ ਆ ਕਿ ਉਹਨਾਂ ਨੇ ਅਸੰਭਵ ਨੂੰ ਸੰਭਵ ਕਰਨਾ ਹੁੰਦਾ ਹੈ। ਜੀ ਮਿੰਟੂ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਕੱਲ ਨੂੰ ਫੇਰ ਗੱਲ ਕਰਦੇ ਹਾਂ ਜੀ। ਜੀ ਸ਼ੁਕਰੀਆ।